ਸਤਨਾਮ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਜਪ ਸੱਚ ਜੁਗਾਦ ਸੱਚ ਹੈ ਵੀ ਸੱਚ ਮਾਨ ਕੀ ਹੋਸੀ ਵੀ ਸੱਚ ਗਗਨ
ਬੋਲਣਾ ਜੀ ਸਤਨਾਮ 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 ਸ਼੍ਰੀ ਵਾਹਿਗੁਰੂ ਵਿੱਚ
ਮੌਤ ਨਾਲ ਸਿੱਧਾ ਨਾਤਾ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ, ਮੌਤ ਨਾਲ ਸਿੱਧਾ ਨਾਤਾ ਜੋੜਿਆ ਸ਼ਹੀਦਾਂ ਨੇ। ਖੋਪਰੀ ਉਤਾਰ ਦਿੱਤੇ, ਖੋਪਰੀ ਉਤਾਰ ਦਿੱਤੇ, ਖੋਪਰੀ ਉਤਾਰ ਦਿੱਤੇ, ਦੇਗਾਂ ਵਿੱਚ ਕਾੜ ਦਿੱਤੇ, ਸ਼ਹੀਦਾਂ ਨੇ ਤਾਈਓ ਬੇੜਾ ਜ਼ਾਲਮਾਂ ਦਾ ਰੋੜਿਆ ਸ਼ਹੀਦਾਂ ਨੇ। ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਐਵੇਂ
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਚਾਰ ਸਿੱਖੋ ਅਸੀਂ ਮਾਰਿਆ ਮਾਰਿਆ ਅਸੀਂ ਮਾਰਿਆ ਕਦੇ ਵੀ ਮੁੱਕਣਾ ਨਹੀਂ। ਐਡੀ ਲੰਬੀ ਹੈ ਸਾਡੀ ਕਤਾਰ ਭਾਈ ਹੋ, ਜੋ ਆਸ਼ਕ ਹੈ ਸ਼ਹਾਦਤ ਕੇ, ਜੋ ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ। ਸਮਝ ਕਰ ਖਿਲੋਨਾ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਾ ਜੋ ਤਖਤ ਕੀ ਹਸਰਤ ਹੈ, ਨਾ ਹੂਰੋ ਕੀ ਬੋਲਨ ਹੈ। ਅਗਰ ਖੁਦਾ ਖੁਦਾਈ ਵੀ ਦੇ ਤੋ ਵਾਪਸ ਮੋੜ ਦੇਤੇ ਹੈ। ਰੋਮ ਰੋਮ ਨਾਜ਼ਕ ਜੀ ਦੇਸ਼ ਉੱਤੋਂ ਬਾਰ ਦਿੱਤਾ। ਭਲਾ ਸਿਰ ਪੱਤ ਵਾਲਾ, ਭਲਾ ਸਿਰ ਪੱਤ ਵਾਲਾ ਲੋੜਿਆ ਸ਼ਹੀਦਾਂ ਨੇ, ਭਲਾ ਸਿਰ ਪੱਤ ਵਾਲਾ ਲੋੜਿਆ ਸ਼ਹੀਦਾਂ ਨੇ, ਸ਼ਹੀਦਾਂ ਨੇ ਸ਼ਹਾਦਤ ਕੇ ਕਤਰਾ ਖੂਨ ਮੇਂ ਸ਼ਿਪਾਹੀ ਮਾਂ ਹੋਤਾ ਹੈ। ਸ਼ਹਾਦਤ ਕੇ ਕਤਰਾ ਖੂਨ ਮੇਂ ਸ਼ਿਪਾਹੀ ਮਾਂ ਹੋਤਾ ਹੈ। ਜ਼ੁਲਮ ਜਿਸਮ ਮੇਂ ਡੂਬਿਆ ਜੇ ਵਹੀ ਸੈਲਾਬੇ ਤੂਫਾਨ ਹੋਤਾ ਹੈ। ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਸ਼ਹੀਦੋਂ ਕੀ ਖਾਕ ਪੈ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਪਰਮਾਤਮਾ ਵੀ ਜਿੱਥੇ ਝੁਕਦਾ ਹੈ, ਉਹ ਪਵਿੱਤਰ ਧਰਤੀ ਜਿੱਥੇ ਉਹਨਾਂ ਪਿਆਰਿਆਂ ਦਾ, ਉਹਨਾਂ ਨਿੱਕੀਆਂ ਜਿੰਦਾਂ ਨੇ ਜਿੱਥੇ ਵੱਡਾ ਸਾਕਾ ਕੀਤਾ, ਜੇ ਇਸ ਧਰਤੀ ਦੇ ਉੱਤੇ ਉਸ ਪਰਮੇਸ਼ਰ ਨੇ ਵੀ ਝੁੱਕ ਝੁੱਕ ਕੇ ਸਜਦੇ ਕੀਤੇ, ਆਹੋ ਪਿਆਰਿਓ ਆਪਾਂ ਵੀ ਨਮਸਕਾਰਾਂ ਕਰੀਏ। ਇਹ ਪਵਿੱਤਰ ਧਰਤੀ ਜਿਹੜੀ ਸ਼ਹੀਦਾਂ ਦੇ ਲਹੂ ਦੇ ਨਾਲ ਰੰਗੀ ਹੋਈ ਹੈ, ਇਸ ਧਰਤੀ ਨੂੰ ਨਮਸਕਾਰ ਕਰੀਏ ਤੇ ਉਹਨਾਂ ਨਿੱਕੀਆਂ ਜਿੰਦਾਂ ਨੇ ਜੋ ਵੱਡਾ ਸਾਕਾ ਕੀਤਾ ਹੈ ਉਸ ਨੂੰ ਯਾਦ ਕਰੀਏ। ਹਕੀਕਤ ਹੈ ਸਤਿਗੁਰੂ ਦੀ ਏਡੀ ਵੱਡੀ ਕਿਰਪਾ, ਏਡੀ ਵੱਡੀ ਰਹਿਮਤ ਇਸ ਧਰਤੀ ਦੇ ਉੱਤੇ ਬਰਸਦੀ ਏ। ਪਿਆਰਿਓ ਗੱਲਾਂ ਕਹਿਣ ਕਥਨ ਤੋਂ ਬਾਹਰੀਆਂ ਨੇ। ਆਓ ਜੀ, ਜਿਤਨੇ ਸਰੀਰ ਜੁੜ ਬੈਠੇ ਹੋ, ਆਪ ਜੀ ਨੂੰ ਅਦਬ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਕਿ ਆਪ ਜੀ ਨੇ ਇੱਕੋ ਵਾਰੀ ਕਹਿਣ ਤੇ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਉਣਾ। ਇਹ ਫਤਿਹ ਨਾ ਸਮਝੋ ਵੀ ਢਾਡੀ ਸਿੰਘਾਂ ਨੂੰ ਬੁਲਾਉਣ ਲੱਗੇ ਹਾਂ,
ਇਹ ਫਤਿਹ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਉਹ ਮਹਾਨ ਮਾਂ ਜਿਹੜੇ ਸਾਰੇ ਪੰਥ ਦੇ ਦੁੱਖ ਇਕੱਠੇ ਕਰਕੇ ਆਪਣੀ ਝੋਲੀ ਵਿੱਚ ਪਵਾ ਕੇ ਤੁਰ ਗਈ ਤੇ ਸਾਨੂੰ ਰਾਜ ਭਾਗ ਦੇ ਗਈ, ਉਹਨਾਂ ਨੂੰ ਬੁਲਾਉਣੀ ਹੈ ਫਤਿਹ। ਆਓ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਸਤਿਕਾਰ ਸਹਿਤ ਸੀਸ ਨਵਾਓ ਤੇ ਗੱਜ ਕੇ ਆਖੋ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਬਾਰੇ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ, ਉਹ ਕਹਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੈਂ ਤੇਰੀ ਦਾਸਤਾਨ ਸ਼ੁਰੂ ਕਿੱਥੋਂ ਕਰਾਂ। ਕਲਗੀਆਂ ਵਾਲਿਆ, ਕੋਈ ਆਕਾਸ਼ ਦੇ ਤਾਰੇ ਗਿਣ ਸਕਦਾ, ਪਰ ਜਿੰਨੇ ਤੁਸਾਂ ਨੇ ਤਾਰੇ ਨਾ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਸੱਚੇ ਪਾਤਸ਼ਾਹ, ਦੁਨੀਆਂ ਦੇ ਉੱਤੇ ਤੇਰਾ ਸਾਨੀ ਵੀ ਕੋਈ ਨਹੀਂ ਹੋ ਸਕਦਾ, ਇਹ ਸੱਚ ਹੈ। ਕੋਈ ਮੰਨੇ ਜਾਂ ਨਾ ਮੰਨੇ, ਪਰ ਅਟਲ ਸੱਚਾਈ ਹੈ। ਅੱਲਾ ਯਾਰ ਖਾਂ ਜੋਗੀ ਕਹਿੰਦਾ, ਉਹ ਕਹਿੰਦਾ, ਨਾਨਕ ਕੀ ਸੁਗੰਧ ਹੈ, ਅੱਲਾ ਕੀ ਕਸਮ ਹੈ, ਉਹ ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ। ਉਹਦੀ ਸਿਫਤ ਕੌਣ ਕਰ ਸਕਦਾ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸਪੁੱਤਰ ਬਣ ਕੇ ਇਸ ਧਰਤੀ ਦੇ ਤਖਤੇ ਉੱਤੇ ਆਏ, ਉਹ ਇੱਕੋ ਹੀ ਨੇ। ਉਹ ਜਿੰਨੇ ਮਰਜ਼ੀ ਦੰਭੀ ਪਖੰਡੀ ਤੁਕੀ ਤਿੱਕੀ ਲਿਚਰ ਪਿਚਰ ਲੱਲੀ ਛੱਲੀ ਤੁਰੇ ਫਿਰਨ, ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਨਹੀਂ ਹੋ ਸਕਦੇ। ਉਹਨਾਂ ਦੀ ਰੀਸ ਕਿਹਨੇ ਕਰਨੀ। ਉਹ ਮਹਾਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਨੀ, ਉਹ ਮਾਂ ਗੁਜਰੀ ਦੇ ਦੁੱਧ ਦੀ ਮਹਾਂ ਸ਼ਕਤੀ ਮੁੜ ਕੇ ਜੰਮਣਾ ਨੀ ਉਹਦੇ ਨਾਲ ਦਾ ਪੁੱਤ, ਉਹਦੇ ਵਰਗਾ ਕੋਈ ਨਹੀਂ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਲਓ ਜਿਹੜਾ ਸਾਕਾ ਮੈਨੂੰ ਕਹਿਣ ਦਾ ਹੁਕਮ ਹੋਇਆ ਤੇ ਸ਼ਮਾਰੂ ਤੇ ਸ਼ਾਈਨ ਸਟਾਰ ਕੰਪਨੀ ਵੱਲੋਂ ਰਿਕਾਰਡਿੰਗ ਕੀਤਾ ਜਾ ਰਿਹਾ, ਮੈਂ ਜ਼ਿਕਰ ਕਰਨ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, 6 ਤੇ 7 ਪੋਹ ਦੀ ਵਿਚਕਾਰ ਦੀ ਰਾਤ ਤੇ ਸਤਿਗੁਰੂ ਨੇ ਪਿਆਰਿਓ ਆਨੰਦਪੁਰੀ ਨੂੰ ਛੱਡ ਦਿੱਤਾ। ਜਦੋਂ ਛੱਡ ਕੇ ਤੁਰਨ ਲੱਗੇ ਨਾ, ਸਾਹਿਬਜ਼ਾਦੇ ਵੀ ਤੁਰ ਪਏ, ਮਾਤਾ ਜੀ ਵੀ ਤੁਰ ਪਏ ਤੇ ਸਤਿਗੁਰੂ ਇੱਕ ਪਾਸੇ ਨੂੰ ਮੁੜ ਪਏ। ਮਾਤਾ ਜੀ ਕਹਿੰਦੇ ਕਹਿੰਦੇ, ਲਾਲ ਜੀ ਤੁਸੀਂ ਕਿੱਧਰ ਚੱਲੇ ਹੋ। ਕਹਿਣ ਲੱਗੇ, ਮਾਂ ਜਾਂਦੀ ਵਾਰ ਦੀ ਪਿਤਾ ਨੂੰ ਫਤਿਹ ਬੁਲਾ ਵਾ, ਮੁੜ ਕੇ ਇਸ ਆਨੰਦਪੁਰ ਦੀ ਧਰਤੀ ਤੇ ਮੈਂ ਨਹੀਂ ਆਉਣਾ, ਪਿਤਾ ਜੀ ਨੂੰ ਸੀਸ ਨਵਾ ਆਵਾ। ਗਏ ਸੀਸਗੰਜ ਸਾਹਿਬ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਸੀ, ਨਮਸਕਾਰ ਕੀਤੀ ਹੈ। ਪਤਾ ਕੀ ਆਖਿਆ, ਕਹਿੰਦੇ ਪਰਮ ਪੂਜ ਗੁਰਦੇਵ ਮਹਾਨ ਹਸਤੀ, ਉਹ ਦੂਜਿਆਂ ਲਈ ਕੁਰਬਾਨ ਹੋਣ ਵਾਲੇ ਪਾਤਸ਼ਾਹ, ਤਿਲਕ ਜੰਨੂ ਧੋਤੀ ਟੋਪੀ ਨੂੰ ਬਚਾਵਣ ਵਾਲਿਆ, ਅੱਜ ਤੇਰਾ ਪੁੱਤਰ ਤੇਰੇ ਚਰਨਾਂ ਵਿੱਚ ਕੁਝ ਮੰਗਣ ਲਈ ਆਇਆ ਹੈ। ਪਰਮ ਪੂਜ ਗੁਰਦੇਵ ਮਹਾਨ ਹਸਤੀ, ਫਤਿਹ ਸਮਝ ਲਓ ਆਖਰੀ ਵਾਰ ਮੇਰੀ, ਮੈਂ ਜੰਗਾਂ ਜੁੱਧਾਂ ਵਿੱਚ ਜੂਝਣ ਲਈ ਚੱਲਿਆ ਆ, ਦਿਓ ਅਸੀਸ ਕੇ ਹੋਵੇ ਨਾ ਹਾਰ ਮੇਰੀ, ਇਹ ਪੁੱਤਰ ਨੂੰ ਅਸੀਸ ਦੇ ਕੇ ਤੋਰ ਦਿਓ ਕਰਕੇ ਨਮਸਕਾਰ ਤੁਰ ਪਏ। ਪਰਿਵਾਰ ਤੁਰਿਆ ਜਾ ਰਿਹਾ, ਮੰਦਰ ਮੁਨਾਰੇ ਛੱਡ ਕੇ ਦਾਤਾਰ ਜਾ ਰਿਹਾ ਹੈ, ਨਹੀਂ ਨਹੀਂ ਆਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ। ਗਲੀਆਂ ਦੇ ਕੱਖ ਬੈਰੀ ਆਪਣਾ ਨਜ਼ਰ ਨਹੀਂ ਆਉਂਦਾ, ਓਏ ਧੋਖਾ ਕਦਮ ਕਦਮ ਤੇ
ਪਰ ਉਹ ਹੱਸਦਾ ਤੇ ਗਾਉਂਦਾ ਇਹ ਰਤਨ ਰੁਲਦੇ ਆਂਦਾ ਗਮ ਖਾਰ ਜਾ ਰਿਹਾ ਹੈ ਓਏ ਮਾਨੋ ਅਨੰਦਪੁਰ ਦਾ ਸ਼ਿੰਗਾਰ ਜਾ ਰਿਹਾ ਹੈ ਅਨੰਦਪੁਰੀ ਵੀ ਭੁੱਬਾ ਮਾਰ ਕੇ ਰੋ ਪਈ ਕਿਉਂ ਜੀ ਕਿੱਤ ਵੱਲ ਜਾ ਰਹੇ ਹੋ ਸਹਿਬਾ ਹੋਇਆ ਕੀ ਕਸੂਰ ਮੈਥੋਂ ਕਾਹਨੂੰ ਮੁਖੜਾ ਛਪਾ ਰਹੇ ਹੋ ਸਤਿਗੁਰੂ ਕਹਿੰਦੇ ਤੇਰਾ ਕੁਝ ਵੀ ਕਸੂਰ ਨਹੀਂ ਅਨੰਦਪੁਰੀਏ ਤੇਰਾ ਕੀ ਕਸੂਰ ਏ ਤੇਰਾ ਕੁਝ ਵੀ ਕਸੂਰ ਨਹੀਂ ਪਰ ਸਾਡਾ ਇੱਥੇ ਬਸਣਾ ਹੁਣ ਰੱਬ ਨੂੰ ਮਨਜ਼ੂਰ ਨਹੀਂ ਇਹ ਧਰਤੀ ਤੇ ਹੁਣ ਬਸਣਾ ਉਸ ਪਰਮੇਸ਼ਰ ਨੂੰ ਸਾਡਾ ਮਨਜ਼ੂਰ ਨਹੀਂ ਤੁਰ ਪਏ ਤੁਰੇ ਜਾ ਰਹੇ ਨੇ ਸਰਸਾ ਨਦੀ ਦਾ ਕਿਨਾਰਾ ਆਇਆ ਪਿਆਰਿਓ ਅਸੀਂ ਤੇ ਸੁੱਖਾਂ ਵਿੱਚ ਵੀ ਨਿਤਨੇਮ ਨਹੀਂ ਕਰਦੇ ਕਲਗੀਆਂ ਵਾਲੇ ਨੇ ਤੇ ਸਰਸਾ ਨਦੀ ਦੇ ਕੰਢੇ ਬੈਠ ਕੇ ਵੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕੀਤਾ ਆਸਾ ਦੀ ਵਾਰ ਦਾ ਕੀਰਤਨ ਹੋਇਆ ਸਤਿਗੁਰੂ ਨੇ ਹੁਕਮ ਕੀਤਾ ਸਿੰਘੋ ਮਾਰੋ ਛਾਲਾ ਹੋ ਜਾਓ ਪਾਰ ਸਤਿਗੁਰੂ ਪਾਰ ਹੋ ਗਏ ਸਤਿਗੁਰੂ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੂਝ ਰਹੇ ਸਨ ਬਾਬਾ ਉਦੈ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਘੇਰੇ ਦੇ ਵਿੱਚੋਂ ਕੱਢ ਕੇ ਲੈ ਆਏ ਆਪ ਉਹਨਾਂ ਦੀ ਜਗ੍ਹਾ ਕੁਰਬਾਨੀਆਂ ਕਰ ਗਏ ਬਾਬਾ ਉਦੈ ਸਿੰਘ ਵਰਗੇ ਸ਼ਹੀਦ ਹੋ ਗਏ ਕਹਿੰਦੇ ਬਾਬਾ ਜੀ ਤੁਹਾਨੂੰ ਸਤਿਗੁਰੂ ਬੁਲਾਉਂਦੇ ਨੇ ਇੱਥੇ ਅਸੀਂ ਖੜਦੇ ਹਾਂ ਬਾਬਾ ਉਦੈ ਸਿੰਘ ਸ਼ਹੀਦ ਹੋ ਗਿਆ ਜੀਵਨ ਸਿੰਘ ਲੜਦਾ ਦੁਸ਼ਮਣਾਂ ਦੇ ਬਾਹਰ ਸਹਾਰਦਾ ਉਹ ਮਹਾਰਾਜ ਨਾਲ ਆ ਰਲਿਆ ਤੇ ਉੱਧਰ ਗੁਰੂ ਕੇ ਮਹਿਲ ਉਹ ਵੀ ਪਾਰ ਹੋ ਗਏ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀਆਂ ਬਾਹਾਂ ਫੜ ਕੇ ਸਰਸਾ ਦੇ ਪਰਲੇ ਪਾਸੇ ਖੜੇ ਨੇ ਤੇ ਸਾਹਿਬਜ਼ਾਦਿਆਂ ਨੇ ਸਵਾਲ ਕੀਤਾ ਮਾਂ ਜੀਵਨ ਹੈ ਇਸ ਪਾਰ ਤੇ ਮੰਜ਼ਿਲ ਹੈ ਉਸ ਪਾਰ ਮਾਂ ਜੀਵਨ ਹੈ ਇਸ ਪਾਰ ਤੇ ਮੰਜ਼ਿਲ ਹੈ ਉਸ ਪਾਰ ਦੱਸੋ ਬੇੜੀ ਤੇ ਚੱਪੂ ਮੁਹਾਣਾ ਹੈ ਕਿੱਥੇ ਦਾਦੀ ਮਾਂ ਦਇਆ ਕਰਕੇ ਦੱਸੋ ਨਾ ਉਹ ਦਇਆ ਸਿੰਘ ਹੋਰਾਂ ਦਾ ਲਾਣਾ ਹੈ ਕਿੱਥੇ ਨਾ ਬੀਰਾ ਅਜੀਤ ਨਾ ਸ਼ਿੰਦਾ ਜੁਝਾਰੇ ਮਾਂ ਉਹ ਪਿਤਾ ਸਿਆਣਾ ਹੈ ਕਿੱਥੇ ਅਮੀਏ ਖਾਲੀ ਪੇਟ ਪੀੜਾ ਦਾ ਬਣਿਆ ਪਰਾਗਾ ਦੱਸੋ ਰੋਟੀ ਦਾ ਭੋਰਾ ਅਸੀਂ ਖਾਣਾ ਹੈ ਕਿੱਥੇ ਪਿੱਛਿਓ ਸ਼ਿਕਾਰੀ ਤੇ ਅੱਗਿਓ ਹਨੇਰੀ ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਕਿੱਥੇ ਕਿੱਥੇ ਜਾਣਾ ਹੈ ਆਪਾਂ ਦਾਦੀ ਮਾਂ ਨੇ ਬਾਹਾਂ ਫੜੀਆਂ ਸਰਸਾ ਨਦੀ ਦੇ ਵਿੱਚ ਵੜ ਗਈ ਪਾਣੀ ਦੇ ਧੱਕੇ ਧੋੜੇ ਸਹਾਰਦੀ ਮਾਂ ਨਾਲੇ ਪਾਰ ਹੋ ਰਹੀ ਏ ਨਾਲੇ ਕਹਿ ਰਹੀ ਓ ਸਰਸਾ ਦੇ ਪਾਣੀਆਂ ਉਹ ਕੁਝ ਪਲ ਤੇ ਜਾ ਖਲੋ ਇਹ ਲਾਲ ਦੋ ਬੜੇ ਮਸੂਮ ਨੇ ਇਹਨਾਂ ਨੂੰ ਹੋਲਣ ਦੇ ਪਾਰ ਇਹਨਾਂ ਨੂੰ ਲੈਣ ਦੇ ਪਾਰ ਹੋ ਕਿਉਂ ਐਵੇਂ ਇਸ ਤਰ੍ਹਾਂ ਧੱਕੇ ਧੋੜੇ ਮਾਰੀ ਜਾਣਾ ਤੇ ਨਾਲੀ ਕਹਿੰਦੀ ਅੱਛਾ ਬਗਲਾ ਬਗਲਾ ਮੁੜ ਕੇ ਕੀ ਪਤਾ ਤੇਰੇ ਕੋਲੋਂ ਏਦਾਂ ਬਗਿਆ ਵੀ ਜਾਣਾ ਕਿ ਨਹੀਂ ਬਗਿਆ ਜਾਣਾ ਸ਼ਾਇਰ ਆਖਦਾ ਸਰਸਾ ਨੂੰ ਸੁਣ ਸਰਸਾ ਨੀ ਕੀ ਲੋੜ ਸਿੱਧਾ ਓ
ਸਤਿਗੁਰਾਂ ਨੂੰ ਪਾਰ ਲੰਘਾਉਣ ਲਈ ਨਹੀਂ ਮਾਤਾ ਨੂੰ ਫਿਰ ਸਾਹਿਬਜ਼ਾਦਿਆਂ ਨੇ ਪੁੱਛਿਆ, ਮਾਂ ਅਸੀਂ ਤੇ ਸਮਝਦੇ ਸਾਂ ਉਹ ਜਿਹੜੇ ਸਾਡੇ ਨਾਲ ਦੇ ਤਿਆਰ ਪਰ ਤਿਆਰ ਖਾਲਸੇ ਉਹ ਖੜੇ ਹੋਣਗੇ, ਕਿੱਧਰ ਚਲੇ ਗਏ ਉਹ? ਦਾਦੀ ਸੇ ਬੋਲੇ ਵੋ ਸਿਪਾਹੀ ਕਿੱਧਰ ਗਏ? ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ? ਹਮੇ ਦਰਿਆ ਪੈ ਛੋੜ ਕੇ ਵੋ ਰਾਹੀ ਕਿੱਧਰ ਗਏ? ਹਾਏ ਸੂਰ ਤੇ ਤੜਫਾ ਕੇ ਵੋ ਮਾਹੀ ਕਿੱਧਰ ਗਏ? ਸਾਹਿਬਜ਼ਾਦੇ ਪੁੱਛਦੇ ਨੇ ਤੇ ਮਾਂ ਗੁਜਰੀ ਜੀ ਜਵਾਬ ਦਿੰਦੇ ਨੇ। ਸ਼ਾਇਰ ਦੀ ਉਡਾਰੀ ਹੈ, ਲੈ ਪਿਆਰ ਨਾਲ ਸੁਣਨਾ। ਦਾਦੀ ਮਾਂ ਆਪਣੇ ਪੋਤਿਆਂ ਨੂੰ ਕੁਝ ਇਉਂ ਕਹਿੰਦੀ ਹੈ ਜੀ, ਛੋਟੇ ਲਾਲ ਤੋਂ ਪਿਆਰੇ ਪਿਛੜੇ ਸਰਸਾ ਦੇ ਕਿਨਾਰੇ, 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 ਹਲਕੀ ਧਰਦੇ ਦੁਲਾਰੇ ਚਮਕੇ ਚਿਹਰਿਆਂ ਤੇ ਨੂਰ ਮਾਨੂ ਪੁੱਛਦੇ, ਦਾਦੀ ਜੀ ਕਰ ਹੁਣ ਕਿਤਨੀ ਦੂਰ ਮਾਨੂ ਪੁੱਛਦੇ, ਦਾਦੀ ਜੀ ਕਰ ਹੁਣ ਕਿਤਨੀ ਦੂਰ ਮਾਨੂ ਪੁੱਛਦੇ। ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣੋ ਬਾਲ, ਲਾਕੇ ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣੋ ਬਾਲ, ਲਾਕੇ ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣੋ ਬਾਲ, ਲਾਕੇ ਸੀਨੇ ਦੇ ਨਾਲ ਮਾਤਾ ਕਹਿੰਦੀ ਸੁਣੋ ਬਾਲ, ਛੱਡੋ ਕਰਦਾ ਖਿਆਲ ਪਿਛਾ ਦੂਰ ਅੱਗਾ ਨੇੜ, ਦਾਦੀ ਕਹਿੰਦੀ ਬਰਦਿਆ ਭਾਵੀ ਦਾ ਗੇੜ, ਦਾਦੀ ਕਹਿੰਦੀ ਬਚਿਓ ਬਰਦਿਆ ਭਾਵੀ ਦਾ ਗੇੜ, ਦਾਦੀ ਕਹਿੰਦੀ ਹੂੰ
ਬੇਬੇ ਕਿੱਥੇ ਤੂੰ ਜਾਂਦੀ ਸਾਨੂੰ ਨਜ਼ਰੀ ਨਾ ਆਂਦੀ 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 ਸਾਨੂੰ ਨਾਲ ਨਾ ਰਲਾਂਦੀ ਸਾਤੋਂ ਹੋਇਆ ਕੀ ਕਸੂਰ ਮਾਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੁ ਦੂਰ ਮਾਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੁ ਦੂਰ ਮਾਨੂੰ ਪੁੱਛਦੇ ਕਹਿੰਦੀ
ਬੱਚਿਓ